ਫਤਿਹਗੜ੍ਹ ਸਾਹਿਬ ਦੇ ਪਿੰਡ ਨਰੈਣਗੜ੍ਹ ਛੰਨਾ ਵਿਖੇ ਪੰਚਾਇਤੀ ਚੋਣਾਂ ਵਿੱਚ ਕਾਂਗਰਸ ਦੇ ਸਰਪੰਚੀ ਦੇ ਉਮੀਦਵਾਰ ਸੁਰਿੰਦਰ ਕੌਰ ਜੇਤੂ ਰਹੇ। ਇਸ ਮੌਕੇ ਪਿੰਡ ਵਾਸੀਆਂ ਵਿੱਚ ਕਾਂਗਰਸ ਦੀ ਗ੍ਰਾਮ ਪੰਚਾਇਤ ਬਣਨ ਤੇ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਜੇਤੂ ਉਮੀਦਵਾਰਾਂ ਦਾ ਹਾਰ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਜਿੱਤਣ ਦੀ ਖੁਸ਼ੀ ਵਿੱਚ ਪਿੰਡ ਵਾਸੀਆਂ ਨੂੰ ਲੱਡੂ ਵੀ ਵੰਡੇ ਗਏ। ਇਸ ਮੌਕੇ ਜੇਤੂ ਉਮੀਦਵਾਰ ਸਰਪੰਚ ਸੁਰਿੰਦਰ ਕੌਰ ਨੇ ਸਰਪੰਚ ਦੀ ਚੋਣ ਜਿੱਤਣ ਤੇ ਜਿੱਥੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ, ਉੱਥੇ ਖਾਸ ਤੌਰ ਤੇ ਸਾਬਕਾ ਸਰਪੰਚ ਹਰਮੀਤ ਸਿੰਘ ਅਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਦਾ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਪਿੰਡ ਦਾ ਵਿਕਾਸ ਕੀਤਾ ਜਾਵੇਗਾ, ਕਿਸੇ ਨਾਲ ਵੀ ਕਿਸੇ ਵੀ ਪ੍ਰਕਾਰ ਦਾ ਵਿਤਕਰਾ ਨਹੀਂ ਕੀਤਾ ਜਾਵੇਗਾ। ਇਸ ਮੌਕੇ ਜੇਤੂ ਸਰਪੰਚ ਦੇ ਸਹਿਯੋਗੀਆਂ ਨੇ ਨਗਰ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਸਰਪੰਚ ਹਰਮੀਤ ਸਿੰਘ ਨੇ 100 ਵੋਟ ਨਾਲ ਸਰਪੰਚੀ ਉਮੀਦਵਾਰ ਸੁਰਿੰਦਰ ਕੌਰ ਨੂੰ ਜਿਤਾਉਣ ਤੇ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ। ਸਾਰੇ ਨਗਰ ਦਾ ਸਹਿਯੋਗ ਆ ਜੀ, ਮੈਨੂੰ ਤਾਂ ਜਿੱਤ ਹੋਈ ਆ। ਸਾਰੇ ਪਿੰਡ ਦਾ ਧੰਨਵਾਦ ਕਰਦੇ ਆ ਜੀ, ਜਿਨ੍ਹਾਂ ਨੇ ਮੈਂ ਜਿਤਾਈਆਂ, ਜਿਨ੍ਹਾਂ ਦੇ ਸਹਿਯੋਗ ਨਾਲ। ਅਸੀਂ ਤਾਂ ਸੋਚਦੇ ਹਾਂ ਜੀ ਸਾਰੇ ਪਿੰਡ ਦਾ ਸਹਿਯੋਗ ਹੈ ਜੀ ਸਾਡੇ ਨਾਲ, ਅਸੀਂ ਬਹੁਤ ਖੁਸ਼ ਹੈ। ਸਾਰੇ ਪਿੰਡ ਨੇ ਸਾਡਾ ਬਹੁਤ ਸਾਥ ਦਿੱਤਾ। ਅਸੀਂ ਸਾਰੇ ਹੀ ਪਿੰਡ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਡੀ ਇੰਨੀ ਇੱਜ਼ਤ ਮਾਣ ਨਾਲ ਸਾਨੂੰ ਇੰਨਾ ਬਖਸ਼ਿਆ। 100 ਵੋਟਾਂ ਦੇ ਹਿਸਾਬ ਨਾਲ ਸਾਨੂੰ ਪੂਰੀ ਜਿੱਤ, ਸਾਡੀ ਪੂਰੀ ਜਿੱਤ ਹੋਈ। ਅਸੀਂ ਸਾਡੇ ਕੋਲ ਸ਼ਬਦ ਨਹੀਂ ਹੈਗੇ ਜੀ, ਅਸੀਂ ਸਭ ਦਾ ਹੀ ਸਾਰੇ ਨਗਰ ਦਾ ਹੀ ਤਹਿ ਦਿਲੋਂ ਸ਼ੁਕਰੀਆ ਕਰਦੇ ਹਾਂ, ਤੇ ਸਭ ਦੀ ਹੀ ਸਭ ਦਾ ਹੀ ਸੁਣਾਂਗੇ ਜੀ। ਜੋ ਕਿਸੇ ਦੀ ਵੀ ਮੁਸ਼ਕਲ ਆ ਉਹਨੂੰ ਵਾਹਿਗੁਰੂ ਦੀ ਕਿਰਪਾ ਨਾਲ ਹੱਲ ਕਰਾਂਗੇ ਜੀ, ਪਿੰਡ ਦਾ ਵਿਕਾਸ ਕਰਾਂਗੇ ਜੀ। ਕੋਈ ਕਿਸੇ ਨਾਲ ਉਹ ਨਹੀਂ ਕਰਦੇ ਹੈਗੇ, ਬਿਸਤਰਾ ਸਹੀ ਤਰੀਕੇ ਨਾਲ ਉਹ ਕਰਾਂਗੇ। ਪਿੰਡ ਨੇ ਸਹਿਯੋਗ ਦਿੱਤਾ ਪੂਰਾ, ਅਤੇ ਬਾਕੀ ਸਾਡੇ ਸਰਪੰਚ ਸਾਹਿਬ ਨੇ ਇਹੀ ਨੇ ਜੋ ਕਰਿਆ ਸਭ ਇਹੀ ਕੁਛ ਆ। ਹਾਂਜੀ, ਜੋ ਵੀ ਨਰੈਣਗੜ੍ਹ ਛੰਨਾ ਹਰਮੇਸ਼ ਸਿੰਘ ਸਾਬਕਾ ਸਰਪੰਚ, ਜੋ ਵੀ ਸਾਡੇ ਪਿੰਡ ਨੇ ਬਹੁਤ ਵੱਡੀ ਸਹਿਯੋਗ ਨਾਲ ਸਾਨੂੰ 100 ਵੋਟ 'ਤੇ ਵੱਡੀ ਲੀਡ ਨਾਲ ਜਿਤਾਇਆ, ਵੀ ਨਗਰ ਨਿਵਾਸੀਆਂ ਦਾ ਅਸੀਂ ਬਹੁਤ ਵੱਡਾ ਧੰਨਵਾਦ ਕਰਦੇ ਹਾਂ ਵੀ ਜਿਹੜਾ ਕਿ ਸਾਨੂੰ ਐਡੀ ਵੱਡੀ ਜਿੱਤ ਦਿੱਤੀ ਆ। ਫਤਿਹਗੜ੍ਹ ਸਾਹਿਬ ਤੋਂ ਪੰਜਾਬੀ ਸਰਗਰਮੀਆਂ ਲਈ ਬਹਾਦਰ ਸਿੰਘ ਧਵਾਣਾ ਜੀ।